ਤਾਂ ਲੋਕ ਨਾਚ ਗਿੱਧਾ ਬਣਦਾ ਹੈ। ਇਸ ਗਿੱਧੇ ਦਾ ਆਧਾਰ ਲੋਕ ਬੋਲੀਆਂ ਨੇ, ਲੇਕਿਨ ਜੇ ਗਿੱਧੇ ਦੀਆਂ ਬੋਲੀਆਂ ਦੇ ਪਾਠ ਦੇ ਮਰਮ ਨੂੰ ਸਮਝ ਲਿਆ ਜਾਵੇ ਤਾਂ ਇਹ ਨਾਚ ਪੰਜਾਬਣਾਂ ਦੇ ਦਿਲ ਦਰਦ ਤੇ ਦੁੱਖ ਦੀ ਉਹ ਪਛਾਣ ਹੈ ਜਿੱਥੋਂ ਸਮੁੱਚੀ ਦੁਨੀਆਂ ਦੀ ਔਰਤ ਦੇ ਮਨ ਦੀ ਦੁਨੀਆਂ ਦਾ ਪਤਾ ਲੱਗਦਾ ਹੈ। ਗਿੱਧਾ ਇਸ ਪੱਖੋਂ ਇੱਕ ਇਤਿਹਾਸਕ ਮਹੱਤਵ ਰੱਖਣ ਵਾਲਾ ਅੰਤਰਰਾਸ਼ਟਰੀ ਨਾਚ ਹੈ। ਭਾਵੇਂ ਸਾਰੀ ਦੁਨੀਆਂ ਚ ਜਾ ਕੇ ਵੇਖ ਲਓ ਉਸ ਵੀ ਮੁਕਾਬਲਾ।